ਕਪੂਰਥਲਾ ਵਿਖੇ ਵਾਪਰੀ ਵੱਡੀ ਵਾਰਦਾਤ। ਐਨਆਰਆਈ ਨੇ ਤੇਜ਼ ਹਥਿਆਰ ਦੇ ਨਾਲ ਦੋ ਵਿਅਕਤੀਆਂ ਉੱਤੇ ਕੀਤਾ ਹਮਲਾ। ਟੈਕਸੀ ਡਰਾਈਵਰ ਦਾ ਕੀਤਾ ਬਹਿਰਮੀ ਨਾਲ ਕਤਲ। ਹਲਕਾ ਪਲਾਥ ਵਿਖੇ ਟੈਕਸੀ ਡਰਾਈਵਰ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਤੇ ਕਤਲ ਮਗਰੋਂ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੇ ਲਈ ਥਾਣਾ ਪਲਾਥ ਮੂਰੇ ਧਰਨਾ ਲਗਾ ਦਿੱਤਾ ਗਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪਲਾਥ ਸ਼ਹਿਰ ਦੇ ਮੁਹੱਲਾ ਕਮਰਾਏ ਵਿਖੇ ਬੀਤੀ ਰਾਤ ਗਲੀ ਦੇ ਵਿੱਚ ਟੈਕਸੀ ਡਰਾਈਵਰ ਕੰਮ ਦੇ ਲਈ ਜਾਣ ਲੱਗਾ ਸੀ, ਜਿਸ ਦੌਰਾਨ ਕਾਰ ਦੇ ਵਿੱਚ ਆਏ ਐਨਆਰਆਈ ਨੌਜਵਾਨ ਦੇ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਟੈਕਸੀ ਡਰਾਈਵਰ ਸਮੇਤ ਦੋ ਨੌਜਵਾਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਇਸ ਦੌਰਾਨ ਇਹਨਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਬ ਡਿਵੀਜ਼ਨ ਹਸਪਤਾਲ ਪੁਲਾਥ ਵੱਲੋਂ ਜਲੰਧਰ ਦੇ ਲਈ ਰੈਫਰ ਕਰ ਦਿੱਤਾ ਗਿਆ ਤੇ ਬੀਤੀ ਰਾਤ ਤੋਂ ਇਹ ਦੋਵੇਂ ਨੌਜਵਾਨ ਜਲੰਧਰ ਦੇ ਜੋਹਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਉੱਤੇ ਸਨ, ਪਰ ਸਵੇਰੇ ਇਹਨਾਂ ਦੇ ਵਿੱਚ ਇੱਕ ਨੌਜਵਾਨ ਦੀ ਅਚਾਨਕ ਮੌਤ ਹੋ ਗਈ। जानकारी मुताबिक दस दे कि मृतक की पहचान बलविंदर सिंह उर्फ मंगी वजो हुई है, जो टैक्सी ड्राइवर का काम करता सी। दूजे पासे पुलाथ पुलिस दे वल्लों कोई कार्रवाई ना किते जाण दे रोस वजो मृतक नौजवान दे परिवार अते रिश्तेदारां दे वल्लों थाना पुलाथ मूहरे धरना लगा के रोस प्रदर्शन किया जा रहा है ते गुस्सा जाहर किया जा रहा है। तो सारे मामले नूं लै के दूसरी तरफ पुलिस अधिकारियों का की कुछ कहना है, तुसीं भी सुन लो। ਅਤੇ ਗੁਰਪ੍ਰੀਤ ਸਿੰਘ ਕਮਰਾਵਾ ਜਿਹੜਾ ਸੀ ਉਹਨੇ ਗੱਡੀ ਆਪਣੀ ਲੰਘਾਉਣੀ ਸੀ ਅੱਗੇ, ਇਹਨਾਂ ਦਾ ਆਪਸ 'ਚ ਤਕਰਾਰ ਹੋ ਗਿਆ। ਇਹਦੇ ਨਾਲ ਘਰ ਦੀ ਸੀ ਉਹਦੀ ਗੁਰਪ੍ਰੀਤ ਕੌਰ ਅਤੇ ਇਸ ਤਰ੍ਹਾਂ ਦੱਸ ਗਿਆ ਚਾਚਾ ਸ਼ਮਸ਼ੇਰ ਸਿੰਘ ਦਾ, ਉੱਥੇ ਲੜਾਈ ਝਗੜਾ ਇਹਨਾਂ ਦਾ ਹੋਇਆ ਜੀ। ਅਤੇ ਉਸ ਤੋਂ ਬਾਅਦ ਜਿਹੜਾ ਇਹ ਬਲਵਿੰਦਰ ਸਿੰਘ ਸੀ ਮੰਗੀ, ਇਹਨੂੰ ਹਸਪਤਾਲ ਤੱਕ ਕਰਾਇਆ ਉਹਨੂੰ, ਉੱਥੋਂ ਅੱਗੇ ਰੈਫਰ ਕਰਤਾ ਚੌੜਾ ਹਸਪਤਾਲ। ਨਹੀਂ ਵਿੱਚ ਇਹਦੀ ਝਗੜਾ ਹੋਇਆ ਤੇ ਸੱਟ ਲੱਗ ਗਈ ਕਿੱਦਾਂ? ਹਾਂ ਝਗੜਾ ਉਹਨਾਂ ਦੇ ਸੱਟ ਲੱਗ ਕੇ ਮੌਤ ਹੋ ਗਈ ਜੀ। ਉਹਦੇ ਸੰਬੰਧ 'ਚ ਅਸੀਂ FIR ਦਰਜ ਕਰ ਰਹੇ ਹਾਂ। ਇਹ ਟੀਮਾਂ ਲਾਈਆਂ ਨੇ ਏਅਰਪੋਰਟ 'ਤੇ ਵੀ ਤਾਲਮੇਲ ਕੀਤਾ ਗਿਆ, ਜਗ੍ਹਾ 'ਤੇ ਭੇਜਿਆ ਗਿਆ ਲਿਖ ਕੇ ਗੁਰਪ੍ਰੀਤ ਸਿੰਘ ਬਾਰੇ। ਗੁਰਪ੍ਰੀਤ ਸਿੰਘ ਵਿਦੇਸ਼ ਤੋਂ ਆਇਆ ਜੀ। ਜ਼ਿਕਰਯੋਗ ਹੈ ਕਿ ਪੁਲਿਸ ਅਧਿਕਾਰੀਆਂ ਦਾ ਤਾਂ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਝਗੜੇ ਦੀ CCTV ਫੋਟੋਜ਼ ਖੰਗਾਲੀਆਂ ਜਾ ਰਹੀਆਂ ਨੇ ਤੇ ਜਲਦੀ ਸਬੂਤਾਂ ਦੇ ਆਧਾਰ ਉੱਤੇ ਅਗਲੇਰੀ ਬੰਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ। ਕਪੂਰਥਲਾ ਤੋਂ ਜਤਿੰਦਰ ਸਿੰਘ ਫੌਜੀ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV।